ਪੰਜਾਬੀ ਨਿਊਜ਼ ਟੂਡੇ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸੋ ਅੱਜ ਆਪਾਂ ਗੱਲ ਕਰਾਂਗੇ ਇੱਕ ਵੱਡੀ ਅਪਡੇਟ, ਕੰਗਣਾ ਰਣੌਤ ਮਾਮਲੇ ਦਾ ਅਸਲ ਸੱਚ ਜਿਹੜਾ ਹੈ ਉਹ ਸਾਹਮਣੇ ਆ ਗਿਆ ਹੈ। ਜੀ ਹਾਂ, ਕੰਗਣਾ ਰਣੌਤ ਦੇ ਥੱਪੜ ਕਿਉਂ ਵੱਜਿਆ ਅਤੇ ਆਖਿਰਕਾਰ ਕੁਲਵਿੰਦਰ ਕੌਰ ਦੀ ਕੀ ਗੱਲ ਹੋਈ, ਸੋ ਕੁਲਵਿੰਦਰ ਕੌਰ ਨੇ ਕਿਉਂ ਥੱਪੜ ਮਾਰਿਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਆਖਿਰਕਾਰ ਕਈ ਲੋਕ ਕੰਗਣਾ ਰਣੌਤ ਨੂੰ ਕੁਝ ਗੱਲਾਂ ਤੱਕ ਕਹਿ ਰਹੇ ਨੇ ਅਤੇ ਕੁਲਵਿੰਦਰ ਕੌਰ ਦੇ ਲਈ ਕੁਝ ਗੱਲਾਂ ਜਿਹੜੀਆਂ ਨੇ ਉਹ ਸਾਫ਼ ਹੋ ਰਹੀਆਂ ਨੇ। ਕੰਗਣਾ ਰਣੌਤ ਮਾਮਲੇ ਦੇ ਵਿੱਚ ਇੱਕ ਵੱਡਾ ਅਪਡੇਟ ਜਿਹੜਾ ਨਿਕਲ ਕੇ ਸਾਹਮਣੇ ਆਇਆ, ਜਿਸ ਨੂੰ ਕਿ ਸਾਰੇ ਹੀ ਬਹੁਤ ਜ਼ਿਆਦਾ ਤੂਲ ਦੇ ਰਹੇ ਨੇ। ਆਖਰ ਕੰਗਣਾ ਰਣੌਤ ਦੇ ਮਾਮਲੇ ਦੇ ਵਿੱਚ ਜੇ ਗੱਲ ਕਰੀਏ ਤਾਂ ਹਰ ਪਾਸੇ ਜਿਹੜੀ ਹੈ ਚਰਚਾ ਛਾਈ ਹੋਈ ਹੈ। ਜਿਸ ਤਰ੍ਹਾਂ ਚੰਡੀਗੜ੍ਹ ਏਅਰਪੋਰਟ 'ਤੇ ਕੰਗਣਾ ਰਣੌਤ ਦੇ ਥੱਪੜ ਵੱਜੇ ਹੈ, ਥੱਪੜ ਕਾਂਡ ਤੋਂ ਬਾਅਦ ਕਾਫੀ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਆਖਿਰਕਾਰ ਗੱਲ ਕਰੀਏ ਜਿੱਥੇ ਲਗਾਤਾਰ ਬਿਲਕੁਲ ਸੱਚ ਜਿਹੜਾ ਹੈ ਕੁਝ ਇਹ ਹੈ ਕਿ ਆਖਰ ਇੱਕ ਚੈਕਿੰਗ ਹੁੰਦੀ ਹੈ, ਮੇਜਰ ਚੈਕਿੰਗ ਸ਼ਾਇਦ ਜਿਸਨੂੰ ਕਿਹਾ ਜਾਂਦਾ ਹੈ, ਸੋ ਉਹ ਚੈਕਿੰਗ ਜਿਹੜੀ ਹੈ ਉਹ ਚੰਡੀਗੜ੍ਹ ਏਅਰਪੋਰਟ 'ਤੇ ਕੀਤੀ ਜਾਂਦੀ ਹੈ। ਹਾਲਾਂਕਿ ਕਸਟਮਰ ਦੀ ਚੈਕਿੰਗ ਹੁੰਦੀ ਹੈ, ਉਸ ਤੋਂ ਬਾਅਦ ਉਸਨੂੰ ਅੱਗੇ ਜਿਹੜਾ ਹੈ ਏਅਰਪੋਰਟ ਦੇ ਦਾਖਲ ਹੋਣ ਦਿੱਤਾ ਜਾਂਦਾ ਹੈ, ਬਿਲਕੁਲ ਐਂਟਰੀ ਗੇਟ 'ਤੇ ਹੀ, ਜਿਸ ਤਰ੍ਹਾਂ ਕੰਗਣਾ ਰਣੌਤ ਦੇ ਨਾਲ ਥੱਪੜ ਵੱਜਿਆ ਅਤੇ ਆਖਰ ਉੱਥੇ ਕਾਂਡ ਵਾਪਰਿਆ। ਅਤੇ ਆਖਰ ਜਿਸ ਤਰ੍ਹਾਂ CISF ਦੀ ਮਹਿਲਾ ਜਵਾਨ ਨੇ ਕੰਗਣਾ ਰਣੌਤ ਨੂੰ ਜਿਹੜਾ ਹੈ ਮਸ਼ੀਨ ਦੇ ਵਿੱਚ ਸਕੈਨ ਕਰਨ ਦੇ ਲਈ ਆਪਣੇ ਸਮਾਨ ਨੂੰ ਕਿਹਾ ਅਤੇ ਆਪਣੀ ਤਲਾਸ਼ੀ ਦੇਣ ਤੋਂ ਕੰਗਣਾ ਰਣੌਤ ਨੇ ਮਨ੍ਹਾ ਕਰ ਦਿੱਤਾ। ਉਸ ਤੋਂ ਬਾਅਦ ਜਿਸ ਤਰ੍ਹਾਂ ਕੁਲਵਿੰਦਰ ਕੌਰ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਕੰਗਣਾ ਦੇ ਥੱਪੜ ਮਾਰ ਦਿੱਤਾ, ਹਾਲਾਂਕਿ ਬਹਿਸਬਾਜ਼ੀ ਵੀ ਹੋਈ ਔਰ ਕਈ ਲੋਕਾਂ ਦਾ ਮੰਨਣਾ ਹੈ ਕਿ ਕੰਗਣਾ ਨੇ ਕੁਲਵਿੰਦਰ ਕੌਰ ਨੂੰ ਕੌਰ ਖਾਲਿਸਤਾਨੀ ਕਿਹਾ, ਜਿਸ ਤੋਂ ਬਾਅਦ ਗੁੱਸਾ ਵਧਿਆ ਅਤੇ ਉਸ ਤੋਂ ਬਾਅਦ ਕੰਗਣਾ ਰਣੌਤ ਦੇ ਥੱਪੜ ਵੱਜਿਆ। ਹੋਰ ਇਸ ਦੇ ਵਿੱਚ ਕੋਈ ਕਾਰਨ ਨਹੀਂ। ਆਖਿਰ ਕੰਗਣਾ ਰਣੌਤ 2020 ਤੋਂ ਬਾਅਦ ਕੀ ਪਹਿਲੀ ਵਾਰ ਚੰਡੀਗੜ੍ਹ ਏਅਰਪੋਰਟ 'ਤੇ ਗਈ ਹੈ, ਜਾਂ ਫਿਰ ਕਦੇ ਕੁਲਵਿੰਦਰ ਕੌਰ ਉੱਥੇ ਮੌਜੂਦ ਹੀ ਨਹੀਂ ਸੀ, ਜਾਂ ਫਿਰ ਕੁਲਵਿੰਦਰ ਕੌਰ ਉੱਥੇ ਮੌਜੂਦ ਸੀ, ਜਾਂ ਫਿਰ ਕਦੇ ਅਜਿਹੀ ਗੱਲ ਹੋਈ ਹੀ ਨਹੀਂ। ਹਾਲਾਂਕਿ ਮਾਮਲਾ ਕੁਝ ਹੋਰ ਸੀ, ਰੰਗਤ ਕੁਝ ਹੋਰ ਇਸ ਮਾਮਲੇ ਨੂੰ ਦਿੱਤੀ ਜਾ ਰਹੀ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਲਗਾਤਾਰ ਜੇ ਗੱਲ ਕਰੀਏ ਕੁਲਵਿੰਦਰ ਕੌਰ ਦੇ ਮਾਮਲੇ ਦੇ ਵਿੱਚ, ਆਖਰ ਕਈ ਲੋਕਾਂ ਦਾ ਮੰਨਣਾ ਹੈ ਕਿ ਕੁਲਵਿੰਦਰ ਕੌਰ ਜਿਸ ਤਰ੍ਹਾਂ ਆਪਣਾ ਬਚਾਅ ਜਿਹੜਾ ਹੈ ਉਹ ਬਿਲਕੁਲ ਕਰ ਰਹੀ ਹੈ, ਹਾਲਾਂਕਿ ਕੁਲਵਿੰਦਰ ਕੌਰ ਦਾ ਜਿਹੜਾ ਬਚਾਅ ਹੈ ਉਹ ਬਿਲਕੁਲ ਹੋ ਰਿਹਾ, ਹਰ ਪਾਸੇ ਜਿਹੜੀ ਹੈ ਕੰਗਣਾ ਰਣੌਤ ਦੀ ਬਿਲਕੁਲ ਗੱਲ ਹੋ ਰਹੀ ਹੈ। ਕੰਗਣਾ ਰਣੌਤ ਨੂੰ ਹੀ ਸਾਰੇ ਜਿਹੜੇ ਨੇ ਉਹ ਗਲਤ ਸਾਬਤ ਕਰਨ ਦੇ ਲੱਗੇ ਹੋਏ ਨੇ। ਪਰ ਆਖਿਰਕਾਰ ਇਹਦੇ ਵਿੱਚ ਕੁਲਵਿੰਦਰ ਕੌਰ ਦੇ ਮਾਮਲੇ ਦੇ ਵਿੱਚ ਜੇ ਗੱਲ ਵੇਖੀਏ ਤਾਂ ਹੋ ਸਕਦਾ ਕੁਲਵਿੰਦਰ ਅਤੇ ਕੰਗਣਾ ਦੀ ਆਪਸ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਹੋਵੇ, ਉਸ ਤੋਂ ਬਾਅਦ ਸ਼ਾਇਦ ਇਸ ਨੂੰ ਕਿਸਾਨੀ ਅੰਦੋਲਨ ਦੇ ਨਾਲ ਜੋੜ ਕੇ ਜਿਹੜਾ ਹੈ ਪੇਸ਼ ਕੀਤਾ ਜਾ ਰਿਹਾ। ਕਈ ਲੋਕਾਂ ਦਾ ਮੰਨਣਾ ਹੈ ਕਿ ਕੁਲਵਿੰਦਰ ਕੌਰ ਨੇ ਪਲਟਵਾਰ ਕੀਤਾ ਹੈ ਆਖਰ ਕੰਗਣਾ ਰਣੌਤ 'ਤੇ। ਪਹਿਲੇ ਵਿਵਾਦਾਂ ਦੀ ਕੁਈਨ ਕਿਹਾ ਜਾਂਦਾ ਹੈ ਕੰਗਣਾ ਰਣੌਤ ਨੂੰ, ਉਸ ਤੋਂ ਬਾਅਦ ਕੁਲਵਿੰਦਰ ਕੌਰ ਨੇ ਜਿਹੜਾ ਹੈ, ਜੇ ਆਪਾਂ ਗੱਲ ਕਰੀਏ ਤਾਂ ਕੁਲਵਿੰਦਰ ਕੌਰ ਦੇ ਮਾਮਲੇ ਦੇ ਵਿੱਚ ਪਹਿਲਾਂ ਹੀ ਕਾਫੀ ਮੋੜ ਆ ਚੁੱਕੇ ਨੇ, ਹਾਲਾਂਕਿ ਇਸ ਨੂੰ ਕਿਸਾਨੀ ਅੰਦੋਲਨ ਦੇ ਨਾਲ ਜੋੜਿਆ ਗਿਆ। ਕੁਲਵਿੰਦਰ ਕੌਰ ਨੇ ਗੇਮ ਖੇਡ ਦਿੱਤੀ, ਤਕੜੀ ਗੇਮ ਖੇਡੀ ਗਈ ਹੈ ਇਸ ਮਾਮਲੇ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਬਿਲਕੁਲ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਆਖਿਰਕਾਰ ਜੇ ਗੱਲ ਕਰੀਏ ਕੁਲਵਿੰਦਰ ਕੌਰ ਨੇ ਜਾਣ ਬੁੱਝ ਕੇ ਇਸ ਮਾਮਲੇ ਨੂੰ ਕਿਸਾਨੀ ਅੰਦੋਲਨ ਦੇ ਵੱਲ ਘੁਮਾਇਆ, ਇਹ ਸਾਰੀਆਂ ਚੀਜ਼ਾਂ ਕਾਫੀ ਚਰਚਾ ਦਾ ਵਿਸ਼ਾ
ਬਣੀਆਂ ਹੋਈਆਂ ਨੇ। ਉਧਰ ਦੂਜੇ ਪਾਸੇ ਜੇ ਗੱਲ ਕਰੀਏ ਕੰਗਣਾ ਰਣੌਤ ਦੇ ਵਾਇਰਲ ਬਿਆਨ ਤੇ ਜਿਹੜਾ ਹੈ ਹੰਗਾਮਾ ਮਚਿਆ, ਸੋ ਹਰ ਪਾਸੇ ਚਰਚਾ ਜਿਹੜੀ ਹੈ ਉਹ ਛਿੜੀ ਹੋਈ ਹੈ ਲਗਾਤਾਰ। ਜੇ ਗੱਲ ਕਰੀਏ ਤਾਂ ਚਰਚਾਵਾਂ ਜਿਹੜੀਆਂ ਨੇ ਬਿਲਕੁਲ ਤੇਜ਼ ਨੇ। ਕੁਲਵਿੰਦਰ ਕੌਰ ਦੀ ਬਜਾਏ ਕੰਗਣਾ ਰਣੌਤ ਖਿਲਾਫ਼ ਕਾਰਵਾਈ ਹੋਵੇ, ਜੋਗਿੰਦਰ ਸਿੰਘ ਉਗਰਾਹਾਂ ਨੇ ਇਹ ਵੀ ਗੱਲ ਕਹਿ ਦਿੱਤੀ ਹੈ। ਅਤੇ ਹਾਲਾਂਕਿ ਕੰਗਣਾ ਰਣੌਤ ਨਾਲ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਵਿਅਕਤੀ ਅੰਡਰਵਰਲਡ ਡੌਨ ਅਬੂ ਸਲੇਮ ਹੈ। ਹਾਲਾਂਕਿ ਇੱਕ ਤਸਵੀਰ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ। ਮੰਡੀ ਤੋਂ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਣਾ ਰਣੌਤ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ ਦੇ ਵਿੱਚ ਦੇਖਿਆ ਜਾ ਰਿਹਾ ਕਿ ਕੰਗਣਾ ਦੇ ਹੱਥ ਦੇ ਵਿੱਚ ਗਲਾਸ ਫੜਿਆ ਹੋਇਆ ਸ਼ਰਾਬ ਦਾ। ਤਸਵੀਰ ਵਿੱਚ ਉਹਨਾਂ ਦੇ ਨਾਲ ਇੱਕ ਵਿਅਕਤੀ ਵਾਈਨ ਦੀ ਬੋਤਲ ਲੈ ਕੇ ਕੰਗਣਾ ਦੇ ਨਾਲ ਖੜਾ ਹੋਇਆ। ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਗਣਾ ਦੇ ਨਾਲ ਖੜਾ ਵਿਅਕਤੀ 1993 ਦੇ ਮੁੰਬਈ ਬੰਬ ਧਮਾਕਿਆਂ ਦਾ ਮਾਸਟਰ ਮਾਇੰਡ ਅਬੂ ਸਲੇਮ ਹੈ। ਜੀ ਹਾਂ, ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂਆਤ ਕਰਦਿਆਂ ਅਸੀਂ ਤਸਵੀਰ ਨੂੰ ਰਿਜ਼ਰਵ ਇਮੇਜ ਸਰਚ ਦੀ ਇਮੇਜ ਦੇ ਨਾਲ ਖੰਗਾਲਿਆ। ਸਾਨੂੰ ਇਸ ਤਸਵੀਰ ਨੂੰ ਲੈ ਕੇ ਕਈ ਪੁਰਾਣੀ ਮੀਡੀਆ ਰਿਪੋਰਟਾਂ ਵੀ ਮਿਲੀਆਂ, ਜਿਨ੍ਹਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਤਸਵੀਰ ਦੇ ਵਿੱਚ ਮੀਡੀਆ ਅਦਾਰੇ ਟਾਈਮਜ਼ ਆਫ ਇੰਡੀਆ ਦੇ ਸਾਬਕਾ ਮਨੋਰੰਜਨ ਬੀਟ ਦੇ ਐਡੀਟਰ ਮਾਰਕ ਮੈਨੂਅਲ ਜਿਹੜੇ ਨੇ ਮੌਜੂਦ ਨੇ। ਇਸ ਤਸਵੀਰ ਨੂੰ ਲੈ ਕੇ ਸਪਸ਼ਟੀਕਰਨ ਆਪ ਮਾਰਕ ਮੈਨੂਅਲ ਨੇ 17 ਸਤੰਬਰ 2020 ਨੂੰ ਦਿੱਤੀ ਸੀ। ਮਾਰਕ ਮੈਨੂਅਲ ਨੇ ਜਿੱਥੇ ਕਿ ਹੀ ਫਿਟਿੰਗ ਪੋਸਟ ਦੇ ਲਈ ਕੰਗਣਾ ਨਾਲ ਉਸਦੀ ਇੰਟਰਵਿਊ ਕਰ ਆਰਟੀਕਲ ਲਿਖਿਆ ਸੀ। ਪੱਤਰਕਾਰ ਮਾਰਕ ਮੈਨੂਅਲ ਦੁਆਰਾ ਇਸ ਦਾਅਵੇ ਨੂੰ ਲੈ ਕੇ ਸਾਂਝੀ ਕੀਤੀ ਗਈ ਸਪਸ਼ਟੀਕਰਨ ਪੋਸਟ ਹੇਠਾਂ ਦੇਖੀ ਜਾ ਸਕਦੀ ਹੈ। ਹਾਲਾਂਕਿ ਇਸ ਤਸਵੀਰ ਦਾ ਮਾਰਕ ਮੈਨੂਅਲ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਜਿਹੜੀ ਹੈ ਅਪਲੋਡ ਕਰੀ ਗਈ ਮਿਲ ਰਹੀ ਹੈ। ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਤਸਵੀਰ ਦੇ ਵਿੱਚ ਅਦਾਕਾਰ ਨਾਲ ਅੰਡਰਵਰਲਡ ਡੌਨ ਅਬੂ ਸਲੇਮ ਹੀ ਹੈ, ਬਲਕਿ ਜਿਹੜਾ ਹੈ ਇਸ ਚੀਜ਼ ਨੂੰ ਬਿਲਕੁਲ ਘੁਮਾਇਆ ਜਾ ਰਿਹਾ ਹੈ। ਹਾਲਾਂਕਿ ਅਬੂ ਸਲੇਮ ਹੀ ਜਿਹੜਾ ਹੈ ਉਹ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ। ਇਹ ਸਾਰੀਆਂ ਚੀਜ਼ਾਂ ਬਿਲਕੁਲ ਸਾਫ਼ ਹੋ ਚੁੱਕੀਆਂ ਨੇ। ਉਧਰ ਦੂਜੇ ਪਾਸੇ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ। ਖਾਸ ਖਬਰ ਜਿਹੜੀ ਹੈ ਹੁਣੇ ਸਾਹਮਣੇ ਆ ਰਹੀ ਹੈ, ਜਿੱਥੇ ਕਿ ਕੈਬਨਿਟ ਮੰਤਰੀਆਂ ਨੂੰ ਵਿਭਾਗਾਂ ਦੀ ਪੂਰੀ ਸੂਚੀ ਜਿਹੜੀ ਹੈ ਸਾਹਮਣੇ ਆ ਚੁੱਕੀ ਹੈ। ਹਾਲਾਂਕਿ ਕਿਹੜੇ ਕਿਹੜੇ ਮੰਤਰੀ ਨੂੰ ਜਿਹੜਾ ਹੈ ਉਹ ਵਿਭਾਗ ਮਿਲਿਆ, ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ। ਜਦੋਂ ਗੱਲ ਕਰੀਏ ਤਾਂ ਨਿਤਿਨ ਗਡਕਰੀ ਨੂੰ ਸੜਕੀ ਆਵਾਜਾਈ ਮੰਤਰੀ ਜਿਹੜਾ ਹੈ ਬਣਾਇਆ ਗਿਆ। ਕੇਂਦਰੀ ਮੰਤਰੀ ਮੰਡਲ ਦੇ ਵਿੱਚ ਅਮਿਤ ਸ਼ਾਹ ਨੂੰ ਮੁੜ ਮੰਤਰੀ, ਰਾਜਨਾਥ ਸਿੰਘ ਨੂੰ ਰੱਖਿਆ ਮੰਤਰੀ, ਔਰ ਜੇ ਗੱਲ ਕਰੀਏ ਐਸ ਜੈਸ਼ੰਕਰ ਕੋਲ ਪਹਿਲਾਂ ਵਾਂਗ ਵਿਦੇਸ਼ ਮੰਤਰਾਲਾ ਹੀ ਰਹੇਗਾ। ਸ਼ਿਵਰਾਜ ਸਿੰਘ ਨੂੰ ਖੇਤੀਬਾੜੀ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦੋਂ ਕਿ ਮਨੋਹਰ ਲਾਲ ਖੱਟਰ ਨੂੰ ਊਰਜਾ ਅਤੇ ਸ਼ਹਿਰੀ ਵਿਭਾਗ ਦਿੱਤਾ ਗਿਆ। ਨਿਤਿਨ ਗਡਕਰੀ ਦੇ ਨਾਲ ਦੋ ਰਾਜ ਮੰਤਰੀ ਵੀ ਹੋਣਗੇ, ਅਜੇ ਟਮਟਾ ਅਤੇ ਹਰਸ਼ ਮਲਹੋਤਰਾ ਨੂੰ ਸੜਕ ਆਵਾਜਾਈ ਰਾਜ ਮੰਤਰੀ ਬਣਾਇਆ ਗਿਆ ਹੈ। ਹਾਲਾਂਕਿ ਨਰਿੰਦਰ ਮੋਦੀ ਨੇ 71 ਮੰਤਰਾਲਿਆਂ ਦੇ ਨਾਲ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ, ਜਿਸ ਵਿੱਚ 30 ਕੈਬਨਿਟ ਮੰਤਰੀ, 5 ਆਜ਼ਾਦ ਚਾਰਜ ਮੰਤਰੀ ਅਤੇ 36 ਰਾਜ ਮੰਤਰੀ ਸ਼ਾਮਲ ਨੇ। ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇੱਥੇ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਅਤੇ ਪਹਿਲੇ ਫੈਸਲੇ ਦੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕਰਨ ਨੂੰ ਮਨਜ਼ੂਰੀ ਦੇਣ ਵਾਲੀ ਫਾਈਲ 'ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਮੋਦੀ ਨੇ ਸਵੇਰੇ ਆਪਣੇ ਦਫ਼ਤਰ ਪਹੁੰਚ ਕੇ ਆਪਣਾ ਅਹੁਦਾ ਸੰਭਾਲਿਆ। ਉਹਨਾਂ ਨੇ ਸਭ ਤੋਂ ਪਹਿਲਾਂ ਕਿਸਾਨ ਨਿਧੀ ਦੀ ਕਿਸ਼ਤ ਜਾਰੀ ਕਰਨ ਲਈ ਫਾਈਲ 'ਤੇ ਦਸਤਖਤ ਕੀਤੇ ਨੇ, ਜਿਸ ਨਾਲ 9.3 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ ਲਗਭਗ 20,000 ਕਰੋੜ ਰੁਪਏ ਫੰਡ ਜਿਹੜੇ ਨੇ ਉਹ ਵੰਡੇ ਜਾਣਗੇ।
ਫਾਈਲ ਤੇ ਦਸਤਕ ਕਰਨ ਤੋਂ ਬਾਅਦ ਮੋਦੀ ਨੇ ਕਿਹਾ ਸਾਡੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜਿਸ ਤੋਂ ਬਾਅਦ ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਦੂਜਾ ਫੈਸਲਾ ਲਿਆ ਗਿਆ, ਜਿਸ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਦੇਸ਼ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਵਿੱਚ ਯੋਗ ਲੋਕਾਂ ਲਈ 3 ਕਰੋੜ ਘਰ ਬਣਾਏ ਜਾਣਗੇ। ਇਹਨਾਂ ਘਰਾਂ ਵਿੱਚ ਬਿਜਲੀ, ਪਾਣੀ, ਟਾਇਲਟ, LGP, ਰਸੋਈ ਗੈਸ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਦੌਰਾਨ ਦੱਸਿਆ ਗਿਆ ਹੈ ਕਿ ਹੁਣ ਤੱਕ PMAY ਤਹਿਤ 4.21 ਕਰੋੜ ਘਰ ਜਿਹੜੇ ਨੇ ਬਣਾਏ ਜਾ ਚੁੱਕੇ ਨੇ। ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ, ਤਦ ਤੱਕ ਲਈ ਧੰਨਵਾਦ।